ਮੇਰੇ ਮਾਪਿਆਂ ਨੇ ਵੀ ਮੈਨੂੰ ਇਹ ਨਹੀਂ ਸਿਖਾਇਆ ਵੀ ਚੁੱਪ ਕਰਕੇ ਸੁਣੀ ਜਾ। ਮੇਰੇ ਮਾਪਿਆਂ ਨੇ ਮੈਨੂੰ ਇਹ ਸਿਖਾਇਆ ਕਿ ਜੇ ਕੋਈ ਹੰਕਾਰੂਗਾ ਤੂੰ ਉਹਨੂੰ ਸੁਧਾਰੇਗਾ। ਠੀਕ ਹੈ ਨਾ। ਅੱਗੇ ਮੈਂ ਕਦੇ ਨਹੀਂ ਕਹਿੰਦਾ ਹੁੰਦਾ ਜਾ ਤੇ ਆਪਣੇ ਫੋਨ ਕੱਢੋ, ਅੱਜ ਮੈਂ ਤੁਹਾਨੂੰ ਸੁਣਾਉਣਾ। ਠੀਕ ਹੈ ਨਾ। ਅੱਜ ਮੈਂ ਸੁਣਾਉਂਦਾ, ਅੱਜ ਤੁਸੀਂ ਸੁਣੋਗੇ ਤੇ ਉਹ ਵੀ ਸੁਣੂਗਾ, ਕੋਈ ਚੱਕਰ ਨਹੀਂ। ਆ ਜਾਊ ਕਹਿੰਦਾ ਦਿਲ ਤੋਂ ਲਿਖੀ ਆ, ਜੇ ਗਲਤ ਹੋਇਆ ਕਹਿ ਦਿਓ, ਜਮਾ ਸਹੀ ਲਿਖਿਆ, ਕੋਈ ਚੌੜਬਾਜੀ ਨੀ ਕੀਤੀ, ਸਮਾਂ ਲੱਗੇ ਰੱਬ ਦੀ ਇਹੋ ਜਿਹੇ ਰੱਬ ਦਾ ਹੀ ਨਾ। ਮੈਂ 40 ਲਿਖ ਲਈ ਉਹਦਾ ਲਿਖ ਲਿਆ, ਕੋਈ ਟਾਈਮ ਨੀ ਲੱਗਦਾ। ਜੇ ਸੁਣ ਸਕਦੇ ਹੋ ਤਾਂ ਸੁਣਾ ਵੀ ਸਕਦੇ ਆ, ਡਰ ਨਹੀਂ, ਕੋਈ ਚੱਕਰ ਨਹੀਂ। ਕਹਿੰਦਾ ਧਿਆਨ ਨਾਲ ਸੁਣਿਓ ਹੈ ਨਾ, ਫੇਰ ਰੌਲਾ ਪਾਇਓ। ਕਹਿੰਦਾ ਕਹਿੰਦਾ ਯਾਰ ਤੂੰ ਆਪਣੀ ਦੁਨੀਆ ਚ ਆਪ ਹੀ ਘੈਂਟ ਬਣੀ ਜਾਂਦਾ, ਤੂੰ ਆਪਣੀ ਦੁਨੀਆ ਚ ਆਪ ਹੀ ਘੈਂਟ ਬਣੀ ਜਾਂਦਾ। ਆਪਣੀ ਹਿੱਕ ਨੂੰ ਕਾਰਨ ਕਰਕੇ ਆਇਆ, ਇਹ ਨਾ ਸੋਚੀ ਹਾਰਨ ਕਰਕੇ ਆਇਆ, ਇਹ ਵੀ ਨਾ ਸੋਚੀ ਤੈਨੂੰ ਮਾਰਨ ਕਰਕੇ ਆਇਆ, ਵਾਇਦਾ ਤੈਨੂੰ ਸੁਧਾਰਨ ਕਰਕੇ ਆਇਆ। ਪੁੱਤ ਓਨਾ ਟਾਈਮ ਸੁਧਾਰੂਗਾ ਜਿੰਨਾ ਟਾਈਮ ਤੂੰ ਹੰਕਾਰੇਗਾ, ਓਨਾ ਟਾਈਮ ਸੁਧਾਰੂਗਾ ਜਿੰਨਾ ਟਾਈਮ ਤੂੰ ਹੰਕਾਰੇਗਾ। ਤੈਨੂੰ ਦੱਸਦਾ ਰਹੂ ਧਰਤੀ ਕਿੱਥੇ ਆ, ਤੇਰੇ ਯਾਰੀ ਵਾਲੇ ਰੈਕਡ ਵੀ ਸਾਨੂੰ ਸਾਰੇ ਪਤਾ, ਤੂੰ ਨਿਭਾਈ ਕਿੱਥੇ ਆ ਤੇ ਵਰਤੀ ਕਿੱਥੇ ਆ। ਠੀਕ ਹੈ ਨਾ। ਉਹ ਕੋਈ ਨਾ ਕੋਈ ਸਿੱਧਾ ਕਰ ਜੂ ਐਵੇਂ ਹਰੇਕ ਨਾਲ ਨਾ ਲੜਿਆ ਕਰ, ਕੋਈ ਨਾ ਕੋਈ ਸਿੱਧਾ ਕਰ ਜੂ ਐਵੇਂ ਹਰੇਕ ਨਾਲ ਨਾ ਲੜਿਆ ਕਰ। ਆਪਦੇ ਆਪ ਨੂੰ ਹੀ ਬਾਹਲਾ ਸਿਆਣਾ ਲੱਗਦਾ ਨਾ ਤੂੰ, ਉਹ ਸਿਆਣਿਆ ਦਾਰੂ ਪੀ ਕੇ ਸਟੇਜਾਂ ਤੇ ਨਾ ਚੜਿਆ ਕਰ। ਹੰਕਾਰ 2 ਮਿੰਟ ਚ ਚੜਾਈ ਨੂੰ ਖਤਮ ਕਰ ਦਿੰਦਾ। ਆ ਕੱਦਾ ਕਾਠਾਂ ਤੇ ਬਹੁਤ ਮਾਣ ਨੇ ਨਾ ਲੋਕਾਂ ਨੂੰ, ਕਹਿੰਦਾ ਹੰਕਾਰ 2 ਮਿੰਟ ਚ ਚੜਾਈ ਨੂੰ ਖਤਮ ਕਰ ਦਿੰਦਾ, ਕਦੇ ਕੱਦ ਤੇ ਹੰਕਾਰ ਤੇ ਕਦੇ ਚੜਾਈ ਤੇ। ਕਹਿੰਦਾ ਪੁੱਤ 2.5 ਫੁੱਟ ਵਾਲੇ ਨਾ ਸਿਰ ਆਪ ਹੀ ਥਾਪੜ ਕੇ ਆਪ ਹੀ ਤਨੀ ਜਾਣਾ। ਕਹਿੰਦਾ ਤੂੰ ਹੀ ਆ ਸਾਰਾ ਕੁਛ, ਉਹ ਤੂੰ ਹੀ ਆ ਸਾਰਾ ਕੁਛ, ਗੁੰਡਾ ਵੀ ਬਦਮਾਸ਼ ਵੀ ਸਟਾਰ ਵੀ ਕਲਾਕਾਰ ਵੀ, ਬਾਲਾ ਘੈਂਟ ਆ ਨਾ ਤੂੰ, ਬਾਲਾ ਘੈਂਟ ਕਹੋਣਾ ਤੂੰ, ਫਿਰ ਗੈਬ ਕਿਉਂ ਹੋ ਜਾਂਦਾ ਜਦੋਂ ਕੋਈ ਪਿੰਡ ਆਉਂਦਾ ਗਾਪੀਆਂ ਕੱਢਣ, ਕੀਤਾ ਜਿਦਾ ਦੂਰੇ ਕਰਦਣਾ, ਉਹ ਗੈਬ ਕਿਉਂ ਹੋ ਜਾਂਦਾ ਜਦੋਂ ਕੋਈ ਪਿੰਡ ਆਉਂਦਾ ਗਾਪੀਆਂ ਕੱਢਣ, ਕੀਤਾ ਜਿਦਾ ਦੂਰੇ ਕਰਦਣਾ। ਓਏ ਪਾਗਲਾ, ਆਪ ਪੰਗੇ ਪਾ ਕੇ ਆਪਣੀ ਵਿਚਾਰੀ ਭੋਲੀ ਮਾਂ ਨੂੰ ਮੀਡੀਆ ਦੇ ਕਿਉਂ ਮੂਹਰੇ ਕਰ ਦਿੰਦਾ। ਜਿਵੇਂ ਤੇਰਾ ਚੱਲਦਾ ਚਲਾਈ ਜਾ, ਜਿਵੇਂ ਤੇਰਾ ਚੱਲਦਾ ਚਲਾਈ ਜਾ, ਐਵੇਂ ਹਰੇਕ ਨਾਲ ਨਾ ਸਿੰਘ ਫਸਾਈ ਜਾ। ਕਰਕੇ ਇੰਜੀਨੀਅਰਿੰਗ ਇਹ ਨਾ ਸੋਚੀ ਬਦਮਾਸ਼ੀ ਦੀ ਡਿਗਰੀ ਆ ਗਈ, ਉਹ ਤਾਂ ਬਹੁਤ ਦੂਰ ਖੜੀ ਹੈ। ਤਾਂ ਹੀ ਹਰੇਕ ਜਗ੍ਹਾ ਜਾ ਕੇ ਮੈਨੂੰ ਨਿੰਦੀ ਜਾਣਾ, ਕਿਉਂਕਿ ਮਿਰਚ ਤਾਂ ਤੇਰੇ ਲੜੀ ਆ। ਕਹਿੰਦਾ ਮੈਂ ਇੱਥੇ ਮੈਂ ਬੋਲਣ ਅੱਜ ਕਿਸੇ ਹੋ ਜਾਂਦੇ ਆ ਜਦੋਂ ਆ ਜਾਂਦੇ ਆ ਜੀ ਤੇ, ਉਹ ਤੈਨੂੰ ਯਾਦ ਹੀ ਹੋਣਾ, ਤੈਨੂੰ ਯਾਦ ਹੀ ਹੋਣਾ ਜਦੋਂ ਤੈਨੂੰ ਲੋੜ ਸੀ ਉਦੋਂ ਬਾਹਰ ਲੈ ਕੇ ਯਾਰ ਖੜਾ ਸੀ। ਪੁੱਤ ਤੈਨੂੰ ਜਦੋਂ ਸਾਡੇ ਤੱਕ ਕੰਮ ਸੀ ਨਾ, ਕੈਨੇਡਾ ਸਟੂਡੀਓ ਦੇ ਬਾਹਰ ਖੜਾ ਸੀ। ਠੀਕ ਹੈ ਨਾ। ਜਿਹੜੇ ਲੱਛਣ ਤੂੰ ਕਰਦਾ ਉਹ ਆਹੀ ਕੁੰਡਾ ਕਰਾਉਂਦੇ ਆ, ਤੇਰੇ ਇਸਦਾ ਦਮ ਮੈਨੂੰ ਪਤਾ ਹੀ ਆ, ਕਿੰਨਾ ਤੇਰੇ ਨਾਲ ਦੇ ਉਂਗਲੀਆਂ ਲਾਉਂਦੇ ਆ। ਜਿਹੜੇ ਸਾਰੇ ਕਲਾਕਾਰ ਕਹਿੰਦੇ ਸੀ ਨਾ ਵੀ ਕਲਾਕਾਰ ਆਏ, ਉਹ ਯਾਰ ਵਿਹਲੇ ਥੋੜੀ ਆ। ਜਿਹੜੇ ਸਾਰੇ ਕਲਾਕਾਰ ਤੂੰ ਕਹਿੰਦਾ ਤੈਨੂੰ ਹੇਟ ਕਰਦੇ ਉਹ ਪਤੰਦਰਾ, ਉਹ ਵਿਹਲੇ ਥੋੜੀ ਆ। ਜੇ ਤੂੰ ਆਪਣੇ ਆਪ ਚ ਉਸਤਾਦ ਆ ਤਾਂ ਉਹ ਤੇਰੇ ਚੇਲੇ ਥੋੜੀ ਆ। ਹੱਥ ਤੇ ਬੰਦੂਕ ਬਣਾ ਕੇ ਨੀ ਰੱਖੀਦੀ, ਹੱਥ ਤੇ ਬੰਦੂਕ ਬਣਾ ਕੇ ਨੀ ਰੱਖੀਦੀ, ਉਹ ਨੀ ਬੰਦੇ ਮਾਰਦੀ। ਤੂੰ ਪਿੱਛੇ ਜੇ ਕਹਿੰਦਾ ਸੀ ਨਾ ਮੈਨੂੰ ਮਾਰੇਗਾ, ਉਹ ਬਾਬਾ ਨਾਨਕ ਰਾਖੀ ਕਰੂ ਯਾਰ ਦੀ। ਜਿਵੇਂ ਮੈਂ ਲੜਿਆ, ਜਿਵੇਂ ਮੈਂ ਲੜਿਆ, ਕਦੇ ਕਿਸਮਤ ਦੇ ਨਾਲ ਤੂੰ ਵੀ ਲੜ ਜਾਂਦਾ, ਉਹ ਮੈਨੂੰ ਸੌਲ ਕੇ ਜੇ ਤੂੰ ਮੇਰੀ ਜਗ੍ਹਾ ਹੁੰਦਾ ਨਾ ਤਕਲੀਫ ਨਾਲ ਨੱਕ ਡਬੋ ਕੇ ਮਰ ਜਾਂਦਾ। ਚੱਲ ਤੂੰ ਜੋ ਵੀ ਮੇਰੇ ਯਾਰਾ ਬੋਲਿਆ, ਕੋਈ ਚੱਕਰ ਨੀ, ਤੂੰ ਜੋ ਵੀ ਮੇਰੇ ਯਾਰਾ ਬੋਲੇ, ਤੂੰ ਨੀ ਤੇਰਾ ਸਾੜਾ ਬੋਲਿਆ, ਬੰਦਾ ਮੈਂ ਚਾਹੇ ਜਿੱਦਾਂ ਦਾ ਵੀ ਕਰ, ਕਦੇ ਚਾਚੇ ਮਾਮਿਆਂ ਨੂੰ ਨੀ ਮਾੜਾ ਬੋਲਿਆ। ਕਹਿੰਦਾ ਅਗਲੀ ਗੱਲ ਆ, ਕਹਿੰਦਾ ਅੱਖਾਂ ਤੇ ਕੰਨ ਖੋਲ ਕੇ ਆਪਦੀ ਦੁਨੀਆ ਚੋਂ ਬਾਹਰ ਨਿਕਲ ਕੇ ਦੇਖ, ਬਗਾਨੇ ਵੱਜਣ ਦਿੰਦੇ ਚੀਕ ਨੀ, ਉਹ ਪੁੱਤ ਘਰੋਂ ਬਾਹਰ ਨਿਕਲ ਕੇ ਦੇਖ, ਮਾਹੌਲ ਠੀਕ ਨੀ, ਮਾਹੌਲ ਠੀਕ ਨੀ, ਮਾਹੌਲ ਠੀਕ ਨੀ ਵੀਰਿਆ। ਮੈਨੂੰ ਕੋਈ ਲੋੜ ਨਹੀਂ ਸੀ ਇੱਥੇ ਆ ਕੁਛ ਕਹਿਣ ਦੀ, ਕੋਈ ਚੱਕਰ ਨਹੀਂ। ਮੇਰੇ ਮਾਪੇ ਨੇ ਪਰ ਮੈਨੂੰ ਇਹ ਸਿਖਾਇਆ ਵੀ ਪੁੱਤ ਜੇ ਕੋਈ ਵਾਲਾ ਉੱਡੂ ਨਾ, ਨੋ ਪ੍ਰੋਬਲਮ, ਆਏ ਫੜ ਕੇ ਐ ਲਾ ਜੀ, ਆ ਜਾਊ ਵੀ ਅਗਲਾ ਗਾਣਾ, ਸਾਨੂੰ ਲੋੜ ਨਹੀਂ। Thank you.